ਬੀਤੇ ਦਿਨੀ ਮੋਹਾਲੀ ਜ਼ਿਲ੍ਹੇ ਦੇ ਕਸਬਾ ਨਵਾਂ ਗਰਾਉਂ ਤੋਂ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਇੱਕ ਕੁੜੀ ਇੱਕ ਖੱਡੇ ਦੇ ਵਿੱਚ ਡਿੱਗ ਪਈ ਸੀ। ਕਿਉਂਕਿ ਇਹ ਉਹੀ ਖੱਡਾ ਹੈ ਜੋ ਵੀਡੀਓ ਵਾਇਰਲ ਦੇ ਸਮੇਂ ਤੁਸੀਂ ਦੇਖਿਆ ਹੋਏਗਾ, ਤਾਂ ਇਸੇ ਜਗ੍ਹਾ ਕੁੜੀ ਸਕੂਟਰੀ ਸਮੇਤ ਜਿਹੜਾ ਵਿੱਚ ਡਿੱਗ ਪਈ ਸੀ, ਜਿਸਦੇ ਕਾਫੀ ਸੱਟਾਂ ਵੀ ਉਸਦੇ ਲੱਗੀਆਂ ਨੇ, ਤਾਂ ਇਸ ਨੂੰ ਲੈ ਕੇ ਹੁਣ ਨਗਰ ਕੌਂਸਲ ਨਵਾਂ ਗਰਾਉਂ ਵੱਲੋਂ ਇਸ ਨੂੰ ਪ੍ਰੋਪਰ ਤਰੀਕੇ ਦੇ ਨਾਲ ਘੇਰਾਬੰਦੀ ਕਰ ਦਿੱਤੀ, ਕੋਈ ਹੋਰ ਕੋਈ ਹਾਦਸਾ ਨਾ ਹੋਵੇ। ਇੱਕ ਹੀ ਚੱਲ ਰਿਹਾ ਨਵਾਂ ਗਰਾਉਂ 'ਚ, ਵਿਕਾਸ ਨਾਮ ਦੀ ਕੋਈ ਚੀਜ਼ ਨਹੀਂ। ਲੋਕ ਕਹਿ ਰਹੇ ਨੇ ਕਿ ਸਰਿਆਮ ਖੱਡਿਆਂ ਦੇ ਵਿੱਚ ਹੁਣ ਗਿਰਨ ਲੱਗ ਗਏ ਨੇ ਲੋਕ, ਕਦੋਂ ਗਟਰਾਂ ਦੇ ਢੱਕਣ, ਕਦੋਂ ਇੱਦਾਂ ਦੇ ਪੈਪ ਪਾਏ ਜਾਣਗੇ, ਤੁਹਾਡੇ ਵੱਲੋਂ ਕੀ ਕੀਤਾ ਜਾ ਰਿਹਾ ਜੀ? ਬੀਤੇ ਦਿਨੀ ਮੋਹਾਲੀ ਜ਼ਿਲ੍ਹੇ ਦੇ ਕਸਬਾ ਨਵਾਂ ਗਰਾਉਂ 'ਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਸਦੇ ਵਿੱਚ ਇੱਕ ਕੁੜੀ ਇੱਕ ਖੱਡੇ ਦੇ ਵਿੱਚ ਡਿੱਗ ਪਈ ਸੀ ਸਣੇ ਸਕੂਟਰੀ। ਤੁਸੀਂ ਦੇਖੋ ਕਿ ਇਹ ਉਹੀ ਖੱਡਾ ਹੈ ਜੋ ਵੀਡੀਓ ਵਾਇਰਲ ਦੇ ਸਮੇਂ ਤੁਸੀਂ ਦੇਖਿਆ ਹੋਏਗਾ, ਤਾਂ ਇਸੇ ਜਗ੍ਹਾ ਕੁੜੀ ਸਕੂਟਰੀ ਸਮੇਤ ਜਿਹੜਾ ਵਿੱਚ ਡਿੱਗ ਪਈ ਸੀ, ਜਿਸ ਤੋਂ ਬਾਅਦ ਕਾਫੀ ਸੱਟਾਂ ਵੀ ਉਸਦੇ ਲੱਗੀਆਂ ਨੇ, ਤਾਂ ਇਸ ਨੂੰ ਲੈ ਕੇ ਹੁਣ ਨਗਰ ਕੌਂਸਲ ਨਵਾਂ ਗਰਾਉਂ ਵੱਲੋਂ ਇਸ ਨੂੰ ਪ੍ਰੋਪਰ ਤਰੀਕੇ ਦੇ ਨਾਲ ਘੇਰਾਬੰਦੀ ਕਰ ਦਿੱਤੀ, ਕੋਈ ਹੋਰ ਕੋਈ ਹਾਦਸਾ ਨਾ ਹੋਵੇ। ਪਰ ਵੀਡੀਓ ਵਾਇਰਲ ਹੋਣ ਤੋਂ ਬਾਅਦ ਈਓ ਦੇ ਨਾਲ ਵੀ ਅਸੀਂ ਗੱਲਬਾਤ ਕੀਤੀ, ਉਹਨਾਂ ਦੱਸਿਆ ਕਿ ਜਲਦੀ ਹੀ ਜਿਹੜਾ ਇਸ ਖੱਡੇ ਨੂੰ ਭਰਤਾ ਜਾਵੇਗਾ। ਪਰ ਨਵਾਂ ਗਰਾਉਂ ਹਮੇਸ਼ਾ ਮੁੱਢਲੀਆਂ ਸਹੂਲਤਾਂ ਤੋਂ ਵਾਂਝਾ ਰਹਿੰਦਾ, ਭਾਵੇਂ ਨਗਰ ਕੌਂਸਲ ਦੀ ਕਮੇਟੀ ਕੋਈ ਬਣ ਜਾਵੇ, ਭਾਵੇਂ ਆਮ ਆਦਮੀ ਪਾਰਟੀ ਬਣ ਜਾਵੇ, ਭਾਵੇਂ ਅਕਾਲੀਆਂ ਦੀ ਬਣ ਜਾਵੇ, ਭਾਵੇਂ ਭਾਜਪਾ ਦੀ ਬਣ ਜਾਵੇ, ਪਰ ਲੋਕ ਇਹ ਕਹਿੰਦੇ ਅਸੀਂ ਤਰਾਹ ਤਰਾਹ ਕਰ ਰਹੇ ਹਾਂ ਕਿ ਸਾਡੇ ਜਿਹੜੇ ਨਿਕਾਸੀ ਪਾਣੀ ਹੈ ਜਾਂ ਪੀਣ ਵਾਲਾ ਪਾਣੀ ਉਹਦੀ ਸਮੱਸਿਆ ਲਗਾਤਾਰ ਆ ਰਹੀ ਹੈ। ਤਾਂ ਇਸੇ ਜਗ੍ਹਾ ਦੇ ਉੱਤੇ ਤੁਸੀਂ ਦੇਖੋ ਕਿ ਇਹ ਜਿਹੜਾ ਪਹਿਲਾਂ ਕੁੜੀ ਇਸ ਪਾਸੇ ਤੋਂ ਆਉਂਦੀ ਹੈ, ਤਾਂ ਇਸ ਪਾਸੇ ਆਣ ਕੇ ਇਸੇ ਜਗ੍ਹਾ ਜਿਹੜੀ ਉਹ ਕੁੜੀ ਡਿੱਗ ਪੈਂਦੀ ਹੈ, ਤਾਂ ਕਾਫੀ ਜਿਹੜੇ ਨਜ਼ਦੀਕ ਦੇ ਲੋਕ ਨੇ, ਰਾਹਗੀਰ ਨੇ, ਉਹਨਾਂ ਵੱਲੋਂ ਬੜੀ ਮੁਸ਼ਕਲ ਦੇ ਨਾਲ ਉਸ ਕੁੜੀ ਨੂੰ ਇਸ ਜੇ ਖੱਡੇ ਦੇ ਵਿੱਚੋਂ ਬਾਹਰ ਕੱਢਿਆ ਜਾਂਦਾ ਹੈ। ਹੁਣ ਪ੍ਰੋਪਰ ਤਰੀਕੇ ਦੇ ਨਾਲ ਤੁਸੀਂ ਦੇਖੋ ਬੈਰੀਕੇਡਿੰਗ ਕੀਤੀ ਗਈ, ਇੱਕ ਤਰ੍ਹਾਂ ਦੀ ਪੌੜੀ ਲਗਾ ਕੇ, ਮਿੱਟੀ ਲਗਾ ਕੇ ਚਾਰੇ ਪਾਸੇ ਟਾਈਲਾਂ ਲਗਾ ਦਿੱਤੀਆਂ। ਪਰ ਉਸ ਤੋਂ ਪਹਿਲਾਂ ਅਗਰ ਜੇ ਇਹ ਲਗਾਇਆ ਹੁੰਦਾ ਤਾਂ ਇਹ ਹਾਲਾਤ ਨਾ ਹੁੰਦੇ, ਇਹ ਵੀਡੀਓ ਵਾਇਰਲ ਨਾ ਹੁੰਦੀ, ਜਿਸ ਤੋਂ ਬਾਅਦ ਹੁਣ ਲੋਕ ਲਗਾਤਾਰ ਇਹ ਸੁਤਰੇ ਨਹੀਂ ਕਦੋਂ ਨਵਾਂ ਗਰਾਉਂ ਤਸਵੀਰ ਬਦਲੇਗੀ, ਕਿਉਂਕਿ 1.25 ਲੱਖ ਤੋਂ ਵੱਧ ਲੋਕ ਇਸ ਨਵਾਂ ਗਰਾਉਂ ਦੇ ਵਿੱਚ ਰਹਿੰਦੇ ਨੇ। ਚੰਡੀਗੜ੍ਹ ਦੇ ਪੈਰਾਂ 'ਚ ਵਸਿਆ ਹੋਇਆ ਸੀ, ਭਗਵੰਤ ਮਾਨ ਦੀ ਕੋਠੀ ਦੇ ਬਿਲਕੁਲ ਨਜ਼ਦੀਕ ਹੈ, ਪਰ ਨਵਾਂ ਗਰਾਉਂ ਦੇ ਵੀ ਹਾਲਾਤ ਜਮਾਂ ਵੱਧ ਤੋਂ ਬਦਤਰ ਹੁੰਦੇ ਜਾ ਰਹੇ ਨੇ। ਤਾਂ ਇਸ ਪਾਸੇ ਵੀ ਟ੍ਰੈਫਿਕ ਹੈ, ਦੂਜੇ ਪਾਸੇ ਵੀ ਟ੍ਰੈਫਿਕ ਹੈ, ਭਰੇ ਬਾਜ਼ਾਰ ਦੇ ਵਿੱਚ ਜਿਹੜਾ ਰੋਡ ਪੁੱਟਿਆ ਹੋਇਆ, ਦੱਸਿਆ ਜਾ ਰਿਹਾ ਇੱਕ ਪੈਪ ਜੋ ਕਿ ਕਾਫੀ ਦੇਰ ਤੋਂ ਬਲੌਕ ਹੋ ਚੁੱਕਾ ਸੀ, ਕਾਫੀ ਕੋਸ਼ਿਸ਼ ਕੀਤੀ ਜਾ ਰਹੀ ਸੀ ਖੋਲ੍ਹਣ ਵਾਸਤੇ, ਪਰ ਕਿਤੇ ਨਾ ਕਿਤੇ ਉਹ ਨਹੀਂ ਖੁੱਲ ਰਿਹਾ ਸੀ, ਜਿਸ ਤੋਂ ਬਾਅਦ ਜਾ ਕੇ ਕੋਈ ਪੈਪ ਤੋੜਨੇ ਪਏ। ਉਸ ਤੋਂ ਬਾਅਦ ਜਾ ਕੇ ਹੁਣ ਨਵੇਂ ਪੈਪ, ਜਿਹੜੇ 16 ਪੈਪ ਦੱਸੇ ਜਾ ਰਿਹਾ ਕਿਸ ਵਾਸਤੇ ਮੰਗਾਏ ਗਏ ਨੇ, ਤਾਂ ਹੋਰ ਵੀ ਪਾਸੇ ਜਿਹੜੇ ਸੀਵਰੇਜ ਢੱਕਣੇ ਖੁੱਲ੍ਹੇ ਪਏ ਨੇ ਜਾਂ ਕੋਈ ਸੀਵਰੇਜ ਬਲੌਕ ਹੋਈ ਹੋਈ ਹੈ, ਉਸ ਨੂੰ ਵੀ ਲਗਾਤਾਰ ਕੰਮ ਕਰਨ ਦੀ ਕੋਸ਼ਿਸ਼ ਜਿਹੜੀ ਨਗਰ ਕੌਂਸਲ ਕਰ ਰਿਹਾ। ਪਰ ਕਿਤੇ ਨਾ ਕਿਤੇ ਜਿਹੜੇ ਵਿਕਾਸ ਨੇ ਕੀਤੇ ਹੋਏ ਸਰਕਾਰਾਂ, ਜਿਨ੍ਹਾਂ ਦੇ ਨਾਮ ਦੇ ਉੱਤੇ ਵੋਟਾਂ ਮੰਗਦੇ ਨੇ ਆਣ ਕੇ ਕਿ ਅਸੀਂ ਨਵਾਂ ਗਰਾਉਂ ਤਸਵੀਰ ਬਦਲ ਦਿੱਤੀ ਹੈ, ਨਵਾਂ ਗਰਾਉਂ ਨੁਹਾਰ ਬਦਲ ਦਿੱਤੀ ਹੈ, ਪਰ ਉਸ ਵੀਡੀਓ ਨੇ ਅੱਖਾਂ ਖੋਲ੍ਹ ਕੇ ਰੱਖ ਦਿੱਤੀਆਂ ਨੇ ਲੋਕਾਂ ਦੀਆਂ, ਅਤੇ ਨਾਲ ਲੀਡਰਾਂ ਦੀਆਂ ਜਿਹੜੇ ਲੋਕਾਂ ਨੇ ਵਾਅਦੇ ਕੀਤੇ ਸੀ। ਤੁਸੀਂ ਦੇਖੋ ਕਿ ਇਹ ਤਸਵੀਰ ਨਵਾਂ ਗਰਾਉਂ ਦੀ ਹੈ, ਨਵਾਂ ਗਰਾਉਂ ਹਮੇਸ਼ਾ ਭੀੜ ਭਾੜ ਵਾਲਾ ਇਲਾਕਾ ਹੈ, ਤਾਂ ਇਸ ਨੂੰ ਲੈ ਕੇ ਲੋਕ ਤਰ੍ਹਾਂ ਤਰ੍ਹਾਂ ਕਰ ਰਹੇ ਨੇ ਕਦੋਂ ਵਿਕਾਸ ਹੋਵੇਗਾ। ਤਾਂ ਇਸ ਪਾਸੇ ਦੇਖੋ ਕਿੰਨਾ ਵੱਡਾ ਖੱਡਾ, ਤੁਸੀਂ ਦੇਖ ਸਕਦੇ ਹੋ ਕੈਮਰੇ ਤਸਵੀਰ ਦੇ ਵਿੱਚ ਕਿੰਨਾ ਵੱਡਾ ਖੱਡਾ ਵਿਚਕਾਰ ਰੋਡ ਦੇ ਜਿਹੜਾ ਪੁੱਟ ਦਿੱਤਾ ਹੈ ਨਗਰ ਕੌਂਸਲ ਵੱਲੋਂ। ਪਰ ਕਦੋਂ ਰਿਪੇਅਰ ਹੋਏਗੀ, ਕਦੋਂ ਇਸ ਵੱਲ ਧਿਆਨ ਦਿੱਤਾ ਜਾਵੇਗਾ, ਇਹ ਬਹੁਤ ਸੋਚਣ ਦੀ ਗੱਲ ਹੈ। ਤੁਸੀਂ ਦੇਖੋ ਕਿ ਰੋਜ਼ਾਨਾ ਇੱਥੇ ਲੋਕ ਡਿਊਟੀਆਂ ਜਾਂਦੇ ਨੇ, ਕੋਈ ਆਪਣਾ ਘਰੇਲੂ ਕੰਮ, ਕੋਈ ਮਰੀਜ਼ ਵੀ ਜਾਂਦਾ, ਪਰ ਜਿਸ ਤਰੀਕੇ ਨਾਲ ਵਿਚਕਾਰ ਹੀ ਖੱਡਾ, ਤੁਸੀਂ ਦੇਖੋ ਹੁਣ ਵੀ ਕਿੰਨਾ ਪਾਣੀ ਇਸ ਜਗ੍ਹਾ ਦੇ ਉੱਤੇ ਤੁਸੀਂ ਦੇਖੋ ਨਿਕਲ ਰਿਹਾ। ਅਗਰ ਇਸਦੇ ਹੁਣ ਵੀ ਜਾ ਕੇ ਕੋਈ ਤਿਆਰੀ ਨਾ ਕੀਤੀ ਹੁੰਦੀ, ਤਾਂ ਹੁਣ ਵੀ ਕੋਈ ਨਾ ਕੋਈ ਵੱਡਾ ਹਾਦਸਾ ਵਾਪਰ ਜਾਣਾ ਸੀ, ਜਿਸ ਤੋਂ ਬਾਅਦ ਹੁਣ ਦੇਖਦੇ ਹਾਂ ਕਿ ਨਗਰ ਕੌਂਸਲ ਲਗਾਤਾਰ ਵਾਅਦੇ ਤਾਂ ਕਰਦੀ ਹੈ, ਪਰ ਉਹ ਵਾਅਦੇ ਦੇ ਉੱਤੇ ਕਿੰਨੀ ਕੁ ਖਰਾ ਉਤਰਦੀ ਹੈ। ਕਿਉਂਕਿ ਇਸ ਜਗ੍ਹਾ ਉੱਤੇ ਭਾਜਪਾ ਦੀ ਨਗਰ ਕੌਂਸਲ ਕਮੇਟੀ ਹੈ, ਜਿਸ ਨੂੰ ਲੈ ਕੇ ਬਲਵਿੰਦਰ ਕੌਰ
ਜਿਹੜੇ ਨੇ ਇਸ ਜਗ੍ਹਾ ਉੱਤੇ ਪ੍ਰਧਾਨ ਨੇ, ਉਹਨਾਂ ਦੇ ਪਤੀ ਗੁਰਧਿਆਨ ਸਿੰਘ ਨੇ, ਤਾਂ ਇਸ ਨੂੰ ਲੈ ਕੇ ਉਹਨਾਂ ਵੱਲੋਂ ਕਿਹਾ ਗਿਆ, ਵਾਅਦਾ ਕੀਤਾ ਗਿਆ ਸੀ, ਗੱਲਬਾਤ ਕੀਤੀ ਸੀ, ਤਾਂ ਉਹਨਾਂ ਦੱਸਿਆ ਗਿਆ ਕਿ ਇਹ ਹਾਲਾਤ ਹੁਣ ਆਉਣ ਵਾਲੇ ਦੇ ਵਿੱਚ ਨਹੀਂ ਹੋਣਗੇ। ਇਹ ਬਹੁਤ ਮਦਭਾਗੀ ਘਟਨਾ ਵਾਪਰੀ ਹੈ, ਆਪਣੇ ਤਰ੍ਹਾਂ ਕਿਤੇ ਫੀਲ ਵੀ ਕੀਤਾ, ਗਲਤੀ ਮੰਨੀ ਹੈ ਕਿ ਕਿਤੇ ਨਾ ਕਿਤੇ ਸਾਡੇ ਤੋਂ ਗਲਤੀ ਇਹ ਜ਼ਰੂਰ ਹੋਈ ਹੈ ਕਿ ਜਿਹੜੀ ਇਸ ਵਿਚਕਾਰ ਖੱਡਾ ਪੱਟ ਕੇ ਅਸੀਂ ਛੱਡ ਦਿੱਤਾ, ਜਿਸ ਤੋਂ ਬਾਅਦ ਉਹ ਕੁੜੀ ਦਾ ਬਹੁਤ ਵੱਡਾ ਨੁਕਸਾਨ ਵੀ ਹੋਇਆ। ਤੁਸੀਂ ਦੇਖੋ ਵੀਡੀਓ ਦੇ ਵਿੱਚ, ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਜਿਹੜੀ ਕੁੜੀ ਅਚਾਨਕ ਆਣ ਕੇ ਇਸ ਖੱਡੇ ਦੇ ਵਿੱਚ ਗਿਰ ਜਾਂਦੀ ਹੈ, ਬਿਨਾਂ ਵਿਚਕਾਰ ਹੀ ਸਕੂਟਰੀ ਉਹਦੇ ਨਾਲ ਹੁੰਦੀ ਹੈ, ਤਾਂ ਨਜ਼ਦੀਕ ਦੇ ਲੋਕਾਂ ਵੱਲੋਂ, ਰਾਹਗੀਰਾਂ ਵੱਲੋਂ ਉਸਨੂੰ ਬੜੀ ਮੁਸ਼ਕਲ ਦੇ ਨਾਲ ਕੱਢਿਆ ਗਿਆ। ਤਾਂ ਇਸ ਨੂੰ ਲੈ ਕੇ ਦੇਖਦੇ ਕਿ ਨਵਾਂਗਰਾਉਂ ਦਾ ਨਗਰ ਕੌਂਸਲ ਹੁਣ ਇਸ ਬਾਰੇ ਕੀ ਕਹਿ ਰਿਹਾ, ਨਗਰ ਕੌਂਸਲ ਦੇ ਈਓ ਰਵਿਜਿੰਦਰ ਜੀ ਨਾਲ ਅਸੀਂ ਗੱਲ ਕਰਦੇ ਹਾਂ। ਨਵਾਂਗਰਾਉਂ ਤੋਂ ਵਾਇਰਲ ਜੋ ਵੀਡੀਓ ਹੋਈ ਹੈ, ਜਿਸਦੇ ਵਿੱਚ ਇੱਕ ਕੁੜੀ ਜੋ ਖੱਡੇ ਦੇ ਵਿੱਚ ਗਿਰੀ ਸੀ, ਇਸ ਨੂੰ ਲੈ ਕੇ ਈਓ ਸਾਹਿਬ ਸਾਡੇ ਨਾਲ, ਰਵਿਜਿੰਦਰ ਜੀ ਸਾਡੇ ਨਾਲ ਨੇ। ਈਓ ਸਾਹਿਬ, ਇਹ ਕੀ ਚੱਲ ਰਿਹਾ ਨਵਾਂਗਰਾਉਂ 'ਚ? ਵਿਕਾਸ ਨਾਮ ਦੀ ਕੋਈ ਚੀਜ਼ ਨਹੀਂ, ਲੋਕ ਕਹਿ ਰਹੇ ਨੇ ਕਿ ਸਰਿਆਮ ਖੱਡਿਆਂ ਦੇ ਵਿੱਚ ਹੁਣ ਗਿਰਨ ਲੱਗ ਗਏ ਨੇ ਲੋਕ, ਕਦੋਂ ਗਟਰਾਂ ਦੇ ਢੱਕਣ, ਕਦੋਂ ਇੱਦਾਂ ਦੇ ਪੈਪ ਪਾਏ ਜਾਣਗੇ, ਤੁਹਾਡੇ ਵੱਲੋਂ ਕੀ ਕੀਤਾ ਜਾ ਰਿਹਾ ਜੀ? ਇਹਦੇ ਸੰਬੰਧ 'ਚ ਮੈਂ ਦੱਸਣਾ ਚਾਹੁੰਦਾ ਜੀ, ਕੋਈ ਇਸ ਤਰ੍ਹਾਂ ਦੀ ਗੱਲ ਨਹੀਂ, ਵਿਕਾਸ ਨਹੀਂ ਹੋ ਰਿਹਾ। ਬਹੁਤ ਪੁਰਾਣੇ ਸਮੇਂ ਤੋਂ, ਯਾਨੀ ਕਿ ਢੱਕਣ ਟੁੱਟੇ, ਸੜਕਾਂ ਟੁੱਟਣ ਦੀ ਰਿਪੇਅਰ ਚੱਲ ਰਹੀ ਹੈ, ਰੈਗੂਲਰ ਅਸੀਂ ਉੱਤੇ ਕੰਮ ਕਰ ਰਹੇ ਹਾਂ, ਸਾਰੀ ਮੁਰੰਮਤ ਕਰ ਰਹੇ ਹਾਂ। ਜਿਹੜੀ ਖੱਡੇ ਦੀ ਕਹਾਣੀ, ਇਹਦਾ ਮੇਨ ਮਕਸਦ ਇਹ ਸੀ, ਬਹੁਤ ਪੁਰਾਣੀ ਪਾਈਪ ਹੋ ਚੁੱਕੀ ਸੀ, ਬਿਲਕੁਲ ਗਰਕ ਚੁੱਕੀ ਸੀ, ਇਹਦੇ ਵਿੱਚ ਇੰਨਾ ਸਮਾਨ ਫਸਿਆ ਹੋਇਆ ਸੀ। ਅਸੀਂ ਲਗਾਤਾਰ 5 ਦਿਨ ਜੈਟਿੰਗ ਮਸ਼ੀਨ ਲਾਈ, ਸਾਡੀ ਲੇਬਰ ਨੇ ਕੰਮ ਕੀਤਾ, ਸਾਡੇ ਸੈਂਟਰੀ ਬ੍ਰਾਂਚ ਨੇ ਕੰਮ ਕੀਤਾ, ਜੇਈ ਬ੍ਰਾਂਚ ਨੇ ਕੰਮ ਕੀਤਾ, ਸਾਡੇ ਜਿਹੜੇ ਬੰਦੇ ਰੱਖੇ ਹੋਏ ਨੇ ਸਪੈਸ਼ਲ, ਉਹਨਾਂ ਦੇ ਮੇਟ ਨੇ, ਉਹਨਾਂ ਨੇ ਕੰਮ ਕੀਤਾ। ਤਾਂ ਉਸ ਤੋਂ ਬਾਅਦ ਵੀ ਜਦੋਂ ਇਹ ਮਤਲਬ ਕਿ ਨਹੀਂ ਖੁੱਲ੍ਹਿਆ, ਫਿਰ ਸਾਡੇ ਜਿਹੜੇ ਬੰਦੇ ਨੇ, ਮੈਂ ਸੈਂਟਰੀ ਇੰਸਪੈਕਟਰ ਲਾ ਲਓ, ਸਾਡੇ ਜੋ ਵੀ ਗਿੱਲ ਨੇ, ਸਾਡੇ ਗਿੱਲ ਸਾਹਿਬ ਨੇ, ਸਾਰੇ ਬੰਦਿਆਂ ਨੇ ਆ ਕੇ ਸੋਚਿਆ ਵੀ ਪਾਣੀ ਤਾਂ ਸ਼ਹਿਰ 'ਚੋਂ ਕੱਢਣਾ ਹੀ ਹੈ, ਕਿਉਂਕਿ ਪਿੱਛੇ ਸਾਰੇ ਪਾਣੀ ਜਮ੍ਹਾਂ ਹੋ ਚੁੱਕਿਆ ਸੀ, ਕਿਸੇ ਵੀ ਟਾਈਮ ਕੋਈ ਬਿਮਾਰੀ ਫੈਲ ਸਕਦੀ ਸੀ। ਤਾਂ ਫਿਰ ਅਸੀਂ ਉਸ ਪਾਈਪ ਨੂੰ JCB ਨਾਲ ਬਿਲਕੁਲ ਪੁੱਟਿਆ ਗਿਆ, ਸਾਰੇ MC ਸਾਹਿਬਾਨ ਹਾਜ਼ਰ ਸੀ। ਤਾਂ ਇਹ ਰਾਤ ਨੂੰ 12-1 ਵਜੇ ਤੱਕ ਕੰਮ ਚੱਲਿਆ, ਅਤੇ ਜਾਣ ਤੋਂ ਪਹਿਲਾਂ ਅਸੀਂ ਉੱਥੇ ਪੌੜੀ ਵਗੈਰਾ ਲਾ ਕੇ ਗਏ, ਸਾਈਡ 'ਤੇ ਇੱਟਾਂ ਵੀ ਰੱਖੀਆਂ, ਥੋੜ੍ਹਾ ਜਿਹਾ ਮਲਬਾ ਵੀ ਰੱਖਿਆ ਵੀ ਸਵੇਰੇ ਆਉਣ ਸਾਰ ਇਹਨੂੰ ਮੋਟਰੇਬਲ ਕਰ ਦਿੱਤਾ ਜਾਊਗਾ। ਲੇਕਿਨ ਇਨ ਬਿਟਵੀਨ ਜਦੋਂ 9 ਵਜੇ ਸਾਡੀ ਲੇਬਰ 'ਤੇ ਸਾਰੇ ਬੰਦੇ ਆਏ ਦਫ਼ਤਰ ਤੋਂ, ਉਦੋਂ ਪਹਿਲਾਂ ਇਹ ਹਾਦਸੇ ਹੋ ਚੁੱਕੇ, ਜਦੋਂ ਕਿ ਮੈਨੂੰ ਇੱਕ ਵੀਡੀਓ ਰਾਹੀਂ ਪਤਾ ਲੱਗਿਆ, ਜੋ ਕਿ ਬਹੁਤ ਮੰਦਭਾਗੀ ਘਟਨਾ ਸੀ। ਅਸੀਂ ਇਸ ਦੀ ਪੂਰਜੋਰ ਮਤਲਬ ਕਿ ਆਪਦੀ ਗਲਤੀ ਮੰਨਦੇ ਹਾਂ, ਔਰ ਨਿੰਦਾ ਵੀ ਕਰਦੇ ਹਾਂ, ਗਲਤੀ ਹੋਈ ਹੈ। ਲੇਕਿਨ ਫਿਰ ਵੀ ਥੋੜ੍ਹਾ ਜਿਹਾ ਸੁਚੇਤ ਰਹਿਣਾ ਚਾਹੀਦੇ ਸ਼ਹਿਰ ਵਾਸੀਆਂ ਨੂੰ, ਵੀ ਅਰਜ ਹੈ ਵੀ ਜੇ ਖੱਡੇ ਕੋਈ ਪੁੱਟੇ ਪਏ ਨੇ ਤਾਂ ਉਹ ਕੋਈ ਖੱਡੇ ਇਸ ਤਰ੍ਹਾਂ ਦੇ ਨਹੀਂ ਹੁੰਦੇ ਵੀ ਅਸੀਂ ਪੱਟ ਕੇ ਛੱਡ ਦਿੰਦੇ ਹਾਂ, ਅਸੀਂ ਉਹਨਾਂ ਦੇ ਨਾਲ ਦੀ ਮੁਰੰਮਤ ਕਰਦੇ ਹਾਂ। ਇਹਦਾ ਅਸੀਂ ਉਦੋਂ ਪਹਿਲਾਂ ਪਾਈਪਾਂ ਦਾ ਔਰਡਰ ਦੇ ਚੁੱਕੇ ਸੀ, ਕਿਉਂਕਿ ਜਿਹੜੀ ਪਾਈਪ ਹੈ ਇਹ ਔਰਡਰ 'ਤੇ ਹੀ ਬਣਦੀ ਹੈ। ਸਵੇਰੇ 16 ਪਾਈਪਾਂ ਦਾ ਇੱਕ ਟਰੱਕ ਉਰੇ ਆ ਜਾਊਗਾ, ਅਤੇ ਸਵੇਰੇ ਅਸੀਂ ਇਹਦਾ ਕੰਮ ਸ਼ੁਰੂ ਕਰਕੇ ਜਿੰਨਾ ਵੀ ਟਾਈਮ ਲੱਗਣਾ ਖਤਮ ਕਰ ਦਾਂਗੇ। ਤੁਸੀਂ ਕਹੀ ਪੌੜੀ ਵਗੈਰਾ ਜਾਂ ਮਿੱਟੀ ਵਗੈਰਾ ਸਾਈਡਾਂ 'ਤੇ ਲਾਤੀ ਸੀ, ਪਰ ਜਦੋਂ ਵੀਡੀਓ ਦਿਸ ਰਿਹਾ ਕਿ ਉਹਦੇ ਵਿੱਚ ਨਾ ਤਾਂ ਕੋਈ ਪੌੜੀ ਦਿਸ ਰਹੀ ਹੈ, ਨਾ ਕੋਈ ਮਿੱਟੀ ਦਿਸ ਰਹੀ ਹੈ ਜੀ? ਇਹਦੇ ਸੰਬੰਧ 'ਚ ਜੀ, ਪਾਣੀ ਨੇ ਜੋ ਮਿੱਟੀ ਲਾਈ ਸੀ ਉਹ ਪਾਣੀ ਕਰਕੇ ਉਹਦੇ ਵਿੱਚ ਬਹਿ ਗਈ, ਅਤੇ ਜਿਹੜੀ ਪੌੜੀ ਸੀ, ਹੁਣ ਮੈਂ ਉਹ ਤਾਂ ਤੁਸੀਂ ਜਿਹੜੀ ਕੋਈ ਉਸ ਟਾਈਮ ਦੀ ਕੋਈ ਉੱਥੇ ਮੋਬਾਈਲ ਨੇ ਵੀਡੀਓ ਵਾਇਰਲ ਹੋਈ ਜਾਂ ਕੋਈ ਉੱਥੇ ਕੈਮਰੇ ਕਢਾਓ, ਉਹ ਪੌੜੀ ਚੱਕ ਕੇ ਚਲੋ ਕਿਸੇ ਨੇ ਵੀ ਸ਼ਰਾਰਤ ਕੀਤੀ ਜਾਂ ਚੱਕ ਕੇ ਸਾਈਡ 'ਤੇ ਕਰ ਦੀ, ਮੈਨੂੰ ਤਾਂ ਉਸ ਤੋਂ ਬਾਅਦ ਹੀ ਪਤਾ ਲੱਗਿਆ ਨਾ, ਮੈਂ ਤਾਂ ਆਪ ਵੀਡੀਓ 'ਚ ਦੇਖੀ ਹੈ। ਲੇਕਿਨ ਜੇ ਆਪਾਂ ਉੱਥੋਂ ਦੀ ਕੋਈ ਕਿਸ ਟਾਈਮ ਦੀ ਕੋਈ ਉੱਥੋਂ ਦੀ ਫੋਟੇਜ ਲਈਏ ਤਾਂ ਉਹਦੀ ਬਿਲਕੁਲ ਤੁਹਾਨੂੰ ਪੌੜੀ ਰੱਖੀ ਨਜ਼ਰ ਆਊਗੀ, ਬਕਾਇਦਾ ਸੀ ਪੌੜੀ ਉੱਥੇ ਪਈ ਸੀ। ਕਦੋਂ ਤੱਕ ਕੁਝ ਕੰਮ ਮੁਕੰਮਲ? ਅਸੀਂ ਕੱਲ੍ਹ 100% ਉਮੀਦ ਹੈ ਕੱਲ੍ਹ ਨੂੰ ਸਾਡੀਆਂ 16 ਪਾਈਪਾਂ ਦਾ ਟਰੱਕ ਆ ਜੂ, ਅਤੇ ਆਉਣ ਸਾਰੀ ਅਸੀਂ ਸ਼ੁਰੂ ਕਰਦੇ ਹਾਂ ਜੇ ਕੱਲ੍ਹ ਨੂੰ। ਹੋਰ ਪਾਸੇ ਗਟਰ ਕਾਫੀ ਢੱਕਣ ਖੁੱਲ੍ਹੇ, ਲੋਕਾਂ ਸ਼ਿਕਾਇਤਾਂ ਇਹ ਹੈ ਜਿਹੜੇ ਗਟਰ ਦੇ ਢੱਕਣ ਨੇ, ਇੱਥੋਂ ਰਾਤ ਨੂੰ ਚਲੋ ਜੋ ਵੀ ਵੱਡੇ ਕੋਈ ਟਰੱਕ ਨਿਕਲਦੇ ਨੇ ਅਸੀਂ ਉਹਨੂੰ ਠੀਕ ਕਰਦੇ ਹਾਂ, ਤੋੜ ਜਾਂਦੇ, ਤੋੜ ਕੇ ਵਿੱਚ ਗਿਰ ਜਾਂਦੇ ਨੇ। ਅਸੀਂ ਹੁਣ 150 ਢੱਕਣ ਦਾ ਹੋਰ ਆਰਡਰ ਦਿੱਤਾ, ਜਿੱਥੇ ਜਿੱਥੇ ਢੱਕਣ ਟੁੱਟੇ ਨੇ ਉੱਥੇ ਉੱਥੇ ਅਸੀਂ ਉਹਨਾਂ ਦੀ ਮੁਰੰਮਤ ਕਰਾ ਰਹੇ ਹਾਂ, ਅਤੇ ਉੱਥੇ ਅਸੀਂ ਢੱਕਣ ਲਾ ਰਹੇ ਹਾਂ ਤਾਂ ਕਿ ਮਤਲਬ ਕਿ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ। ਆਉਣ ਵਾਲੇ ਦਿਨਾਂ 'ਚ ਕੋਈ ਮੁਸ਼ਕਲ ਤਾਂ ਨਹੀਂ ਹੋਏਗੀ? ਆਉਣ ਵਾਲੇ ਦਿਨਾਂ 'ਚ ਅਸੀਂ ਇਸ ਦਾ ਵਾਅਦਾ ਕਰਦੇ ਹਾਂ ਵੀ ਕੋਈ ਵੀ ਢੱਕਣ, ਕੋਈ ਵੀ ਖੱਡਾ ਨੰਗਾ ਨਹੀਂ ਰਹੂਗਾ, ਬਕਾਇਦਾ ਉਹਦੀ ਰਿਪੇਅਰ ਕਰਕੇ ਅਸੀਂ ਉਹਨਾਂ ਨੂੰ ਬਿਲਕੁਲ ਮੋਟਰੇਬਲ ਕਰ ਦਾਂਗੇ। ਇਸ ਤਰ੍ਹਾਂ ਦੀ ਅੱਗੇ ਤੋਂ ਕੋਈ ਘਟਨਾ ਨਾ ਹੋਵੇ, ਮੈਂ ਆਪਣੇ ਸਟਾਫ ਨੂੰ ਚੇਤਾਵਨੀ ਦਿੱਤੀ, ਹਦਾਇਤ ਕਰਤੀ, ਉਹਨਾਂ ਨੂੰ ਲੈਟਰ ਜਾਰੀ ਕਰਤਾ ਵੀ ਜੋ ਵੀ ਕੰਮ ਕਰਨਾ ਹੈ
ਪਹਿਲਾਂ ਉਸਦਾ ਪੂਰੇ ਦਾ ਪੂਰਾ ਉਸਨੂੰ ਕਵਰ ਕੀਤਾ ਜਾਵੇ ਤਾਂ ਕਿ ਇਹੋ ਜਿਹੀ ਮਦਭਾਗੀ ਘਟਨਾ ਹੋਵੇ। ਕਿਸੇ ਦਾ ਵੀ ਬੱਚਾ ਕੋਈ ਵੀ ਗਿਰਦਾ ਤਾਂ ਉਹ ਆਪਣੇ ਬੱਚੇ ਨੇ, ਉਹਦੇ ਨਾਲ ਬੜਾ ਸਾਨੂੰ ਵੀ ਬੜਾ ਮਤਲਬ ਕਿ ਇਸਦਾ ਧੱਕਾ ਲੱਗਿਆ। ਅਸੀਂ ਇਸਦੀ ਖਿਮਾ ਵੀ ਚਾਹੁੰਦੇ ਹਾਂ ਪਰ ਅੱਗੇ ਤੋਂ ਅਸੀਂ ਇਸ ਤਰ੍ਹਾਂ ਦਾ ਨਹੀਂ ਕਰਨਾ। ਠੀਕ ਹੈ, ਉਹ ਕੁੜੀ ਬਿਲਕੁਲ ਠੀਕ ਹੈ ਜੀ, ਪਤਾ ਵੀ ਕੀਤਾ, ਕੋਈ ਦਿੱਕਤ ਨਹੀਂ। ਚਲੋ ਜੋ ਹੋਇਆ ਅਸੀਂ ਇਸਦਾ ਫਿਰ ਕਹਿਣਾ ਵੀ ਗਲਤੀ ਹੋਈ ਹੈ, ਪਰ ਅੱਗੇ ਤੋਂ ਅਸੀਂ ਚਾਹੁੰਦੇ ਵੀ ਇਸ ਤਰ੍ਹਾਂ ਦਾ ਨਹੀਂ ਹੋਣ ਦਿੱਤਾ ਜਾਊਗਾ। ਧੰਨਵਾਦ। ਪੰਜਾਬ ਦੇ ਵਿੱਚ ਸਮੇਂ-ਸਮੇਂ ਸਿਰ ਸਰਕਾਰਾਂ ਬਦਲੀਆਂ, ਕਦੇ ਅਕਾਲੀ ਦਲ, ਕਦੇ ਕਾਂਗਰਸ, ਹੁਣ ਆਮ ਆਦਮੀ ਪਾਰਟੀ ਨੂੰ 2.5 ਸਾਲ ਹੋ ਗਏ, ਪਰ ਨਵਾਂਗਰਾਉਂ ਦਾ ਵਿਕਾਸ ਨਹੀਂ ਹੋਇਆ। ਜੋ ਨਵਾਂਗਰਾਉਂ ਦੇ ਲੋਕਾਂ ਨੇ ਸੋਚ ਕੇ ਹਰ ਸਰਕਾਰ ਨੂੰ ਵੋਟ ਪਾਈ ਹੈ, ਤਾਂ ਹੁਣ ਆਮ ਆਦਮੀ ਪਾਰਟੀ ਦੇ MLA ਅਤੇ ਮੰਤਰੀ ਅਨਮੋਲ ਮਾਨ ਨੇ, ਉਹਨਾਂ ਨੂੰ ਵੀ ਖਾਸ ਕਰਕੇ ਚਾਹੀਦਾ ਕਿ ਨਵਾਂਗਰਾਉਂ ਵੱਲ ਧਿਆਨ ਦੇਣਾ ਚਾਹੀਦਾ ਹੈ, ਕਿਉਂਕਿ ਨਵਾਂਗਰਾਉਂ ਵੱਧ ਆਬਾਦੀ ਵਾਲਾ ਇੱਕ ਵੱਡਾ ਕਸਬਾ ਹੈ। 1.25 ਲੱਖ ਤੋਂ ਵੱਧ ਲੋਕ ਇਸ ਜਗ੍ਹਾ ਉੱਤੇ ਰਹਿੰਦੇ ਨੇ, ਕਾਫੀ ਵੋਟਰ ਨੇ ਉਹਨਾਂ ਦੇ, ਸਪੋਰਟਰ ਨੇ ਉਹਨਾਂ ਦੇ, ਪਰ ਉਹਨਾਂ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ, ਕਿਉਂਕਿ ਮੰਤਰੀ ਨਰੋਗ ਮਾਨ ਨੂੰ ਬਿਲਕੁਲ ਲੋਕ ਸਵਾਲ ਪੁੱਛਣਗੇ ਆਣ ਕੇ, ਜਦੋਂ ਵੀ ਮੰਤਰੀ ਸਾਹਿਬ ਇੱਥੇ ਆਣਗੇ ਤਾਂ ਉਹ ਸਵਾਲ ਦਾ ਜਵਾਬ ਤਾਂ ਜ਼ਰੂਰ ਦੇਣਾ ਪਵੇਗਾ। ਜਿਸ ਤਰੀਕੇ ਨਾਲ ਜਗ੍ਹਾ ਉੱਤੇ ਇੱਕ ਕੁੜੀ ਵਿਚਕਾਰ ਖੱਡੇ 'ਤੇ ਗਿਰ ਗਈ ਹੈ, ਜਿਸ ਤੋਂ ਬਾਅਦ ਕਾਫੀ ਸ਼ਰਮਸ਼ਾਰ ਗੱਲ ਹੈ, ਕਾਫੀ ਜਿਹੜੀ ਮਦਭਾਗੀ ਗੱਲ ਹੈ, ਜਿਸਦੇ ਨਾਲ ਕਿ ਲੋਕ ਇਹ ਸੋਚ ਰਹੇ ਨੇ ਕਿ ਨਵਾਂਗਰਾਉਂ ਦੇ ਵਿੱਚ ਜਾਣਾ ਹੁਣ ਮੁਸ਼ਕਲ ਹੋ ਚੁੱਕਾ ਹੈ, ਰਿਸ਼ਤੇ ਇਸ ਜਗ੍ਹਾ 'ਤੇ ਹੁਣ ਮੁਸ਼ਕਲ ਹੋ ਜਾਣਗੇ, ਕਿਉਂਕਿ ਜਿਸ ਤਰੀਕੇ ਨਾਲ ਖੱਡੇ ਵਿਚਕਾਰ ਪੁੱਟੇ ਹੋਏ ਨੇ, ਵਿਚਕਾਰ ਹੀ ਜਿਹੜੇ ਸੀਵਰੇਜ ਤੱਕ ਖੁੱਲ੍ਹੇ ਪਏ ਨੇ, ਪਾਣੀ ਸੀਵਰੇਜ ਦਾ ਲੋਕਾਂ ਦੇ ਘਰਾਂ 'ਚ ਵੜ ਰਿਹਾ, ਨਿਕਾਸੀ ਦੇ ਪਾਣੀ ਦਾ ਕੋਈ ਪ੍ਰਬੰਧ ਨਹੀਂ, ਭਾਵੇਂ ਕਿ ਟਾਈਮ ਲੱਗਣਾ, ਪਰ ਜਿਹੜੇ ਰਿਪੇਅਰ ਦੇ ਕੰਮ ਨੇ ਉਹ ਤਾਂ ਔਨ ਦਾ ਸਪੋਰਟ ਹੋ ਸਕਦੇ ਨੇ। ਤੁਸੀਂ ਆਪਣੇ ਅਧਿਕਾਰੀਆਂ ਨੂੰ ਹਦਾਇਤਾਂ ਦਿਓ, ਜਿਸ ਤੋਂ ਬਾਅਦ ਕਿ ਉਹ ਆਣ ਕੇ ਇਸ ਜਗ੍ਹਾ ਉੱਤੇ ਕੰਮ ਕਰ ਸਕਣ। ਇਸ ਨੂੰ ਲੈ ਕੇ ਦੇਖਦੇ ਕਿ ਹੁਣ ਕਦੋਂ ਨਗਰ ਕੌਂਸਲ ਇਸ ਵੱਲ ਧਿਆਨ ਦਿੰਦਾ ਹੈ। ਮੰਤਰੀ ਨਰੋਗਨ ਮਾਨ ਨੂੰ ਚਾਹੀਦਾ ਕਿ ਹੁਣ ਜੇ ਘਟਨਾ ਵਾਪਰੀ ਸੀ ਤਾਂ ਤੁਰੰਤ ਇਸ ਜਗ੍ਹਾ ਉੱਤੇ ਆਉਣਾ ਚਾਹੀਦਾ ਸੀ, ਜਿਸ ਦੇ ਨਾਲ ਕਿ ਲੋਕਾਂ ਦੇ ਵਿੱਚ ਇੱਕ ਵਿਸ਼ਵਾਸ ਮੁੜ ਤੋਂ ਸਰਕਾਰ ਪ੍ਰਤੀ ਬਣ ਸਕਦਾ, ਪ੍ਰਸ਼ਾਸਨ ਪ੍ਰਤੀ ਬਣ ਸਕਦਾ। ਤਾਂ ਮੰਤਰੀ ਨਰੋਗਨ ਮਾਨ ਨੂੰ ਅਪੀਲ ਹੈ ਕਿ ਤੁਸੀਂ ਆਣ ਕੇ ਉਸ ਕੁੜੀ ਦੀ ਵੀ ਸਾਰ ਲਓ, ਜਿਸ ਕੁੜੀ ਦੇ ਨਾਲ ਇਹ ਹਾਦਸਾ ਵਾਪਰਿਆ, ਦੂਜੇ ਪਾਸੇ ਨਗਰ ਕੌਂਸਲ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਦੀ ਅਣਗਹਿਲੀ ਹੈ ਉਹਨਾਂ ਨੂੰ ਵੀ ਕਿਤੇ ਨਾ ਤਾੜਨਾ ਜ਼ਰੂਰ ਕਰਨੀ ਚਾਹੀਦੀ ਹੈ।